ਬੈਂਸ ਸਾਹਿਬ, ਜਿਹੜੀ ਇਹ ਫਲੋਰ ਹਲਕੇ ਦੀ ਇੱਕ ਤਾਂ ਹਲਕਾਬੰਦੀ ਦਾ ਅਸਰ ਪਿਆ, ਇਹ ਤੋਂ ਬਿਨਾਂ ਵੀ ਕੁਛ ਅਸਰ ਪਿਆ ਲੱਗਦਾ, ਕਿਉਂਕਿ ਅਕਾਲੀ ਦਲ ਦਾ ਜੇਤੂ ਜਿਹੜਾ ਉਮੀਦਵਾਰ ਸੀਗਾ ਉਹ ਸੀ ਸਰਵਣ ਸਿੰਘ ਫਲੋਰ, ਜਿਹੜੇ ਮੰਤਰੀ ਵੀ ਰਹੇ ਨੇ, ਉਹਨਾਂ ਨੂੰ ਇੱਥੋਂ ਬਦਲ ਕੇ ਭੇਜ ਦਿੱਤਾ ਗਿਆ ਕਰਤਾਰਪੁਰ, ਤੇ ਕਰਤਾਰਪੁਰ ਵਾਲਾ ਉਮੀਦਵਾਰ ਇੱਥੇ ਆ ਗਿਆ, ਤੇ ਜਿਹੜੇ ਪੁਰਾਣੇ ਉਮੀਦਵਾਰ ਸੀਗੇ ਸੰਤੋਖ ਸਿੰਘ, ਪਹਿਲਾਂ 2007 ਦੇ ਵਿੱਚ ਬਹੁਤ ਕਰੀਬੀ ਮੁਕਾਬਲਾ ਹੋਇਆ ਸੀ, ਇਸ ਵਾਰ ਕਿਸ ਕਿਸਮ ਦੇ ਹਾਲਤ ਦਿਖਾਈ ਦਿੰਦੇ ਨੇ? ਇਹ ਮੈਂ ਇਹ ਕਹਾਂਗਾ ਜੀ, ਕੰਟੈਸਟ ਬਹੁਤ ਜ਼ਿਆਦਾ ਟਫ ਹੈ, ਬੜੀ ਕਲੋਜ਼ ਟੂ ਕਲੋਜ਼ ਫਾਈਟ ਹੋਏਗੀ। ਅਵਿਨਾਸ਼ ਚੰਦਰ ਨੇ ਬੜਾ, ਹੀ ਡਿਡ ਵੈਰੀ ਵੈਲ ਇਨ ਕਰਤਾਰਪੁਰ, ਚੌਵੀ ਜਗਜੀਤ ਸਿੰਘ ਨੂੰ ਹਰਾ ਕੇ। ਉਹ ਮੈਨੂੰ ਲੱਗਦਾ ਕਿ ਉਹਨਾਂ ਨੇ ਇਹ ਕੈਂਡੀਡੇਟ ਬਦਲੇ ਇਨਕੰਬੈਂਸੀ ਫੈਕਟਰ ਹਟਾਉਣ ਵਾਸਤੇ। ਇਹ ਸਰਵਣ ਸਿੰਘ ਫਲੋਰ ਨੂੰ ਉੱਥੇ ਨਕੋਦਰ ਤਾਂ ਉੱਥੇ ਲਗਾਏ ਕਰਤਾਰਪੁਰ ਕਿਉਂਕਿ ਇਨਕੰਬੈਂਸੀ, ਕਈ ਵਾਰੀ ਸਰਵਣ ਸਿੰਘ ਫਲੋਰ ਉੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ, ਉਹਦੇ ਵਿੱਚ ਜਿਹੜਾ ਅਕਾਲੀ ਦਲ ਬਾਦਲ ਦਾ ਜਿਹੜਾ ਉਮੀਦਵਾਰ ਹੈ ਉੱਥੋਂ ਹਾਰ ਗਿਆ, ਜਿਹਦਾ ਜ਼ਿਆਦਾ ਹਲਕਾ ਫਲੋਰ ਵਾਲਾ ਹੀ ਪੈਂਦਾ, ਤੇ ਉੱਥੋਂ ਦੂਜਾ ਬੰਦਾ ਜਿੱਤ ਗਿਆ, ਇਸ ਕਰਕੇ ਵੀ ਉਹਨਾਂ ਨੂੰ ਤਬਦੀਲ ਹੋ ਸਕਦਾ। ਇਹ ਵੀ ਰੀਜ਼ਨ ਹੋਵੇ, ਇਹਨਾਂ ਨੇ ਟੋਟਲ ਅਸੈਸਮੈਂਟ ਕਰਕੇ, ਕੈਂਡੀਡੇਟ ਆਮ ਤੌਰ ਤੇ ਕੈਂਡੀਡੇਟ ਇਦਾਂ ਚੇਂਜ ਕਰਦੇ ਨਹੀਂ ਹੈਗੇ, ਕਿਉਂਕਿ ਪੁਰਾਣਾ ਕੈਂਡੀਡੇਟ ਜਿਹੜਾ ਇੰਨਾ ਉਹ ਚੇਂਜ ਕਰਨਾ, ਇਹ ਬੜੇ ਇੰਟਰਨਲ ਦੋਨੇ ਸੀਟਾਂ ਕਰਤਾਰਪੁਰ ਤੇ ਫਲੋਰ ਦੋਨੇ ਰਿਜ਼ਰਵ ਸੀਟਾਂ, ਰਿਜ਼ਰਵ ਸੀਟਾਂ ਨੇ, ਔਰ ਉਹ ਕੈਂਡੀਡੇਟ ਬੜੇ, ਇਹ ਸਰਵਣ ਸਿੰਘ ਫਲੋਰ ਤੇ ਬਹੁਤ ਪੁਰਾਣਾ ਕੈਂਡੀਡੇਟ ਹੈ ਇੱਥੋਂ ਦਾ। ਅਵਿਨਾਸ਼ ਚੰਦਰ ਤਾਂ ਖੈਰ ਨਵਾਂ ਸੀਗਾ ਉੱਥੇ ਜਦੋਂ ਕਰਤਾਰਪੁਰ ਹਰਾਇਆ ਚੌਵੀ ਜਗਜੀਤ ਸਿੰਘ ਨੂੰ, ਪਰ ਇਹ ਇਹਨਾਂ ਦੇ ਇੰਟਰਨਲ ਫੈਕਟਰਸ ਹੋਣਗੇ, ਹੋ ਸਕਦਾ ਐਸ ਜੀ ਪੀ ਸੀ ਫੈਕਟਰ ਜਿਹੜਾ ਇਹ ਮਾਈਟ ਹੈਵ ਪਲੇਡ ਪਾਰਟ। ਫਲੋਰ ਤੁਹਾਡਾ ਹਲਕਾ ਰਿਹਾ, ਤੁਸੀਂ ਨੇੜੇ ਦੇ ਹੋ ਤੇ ਉੱਥੇ ਦੇ ਰਵਾਇਤੀ ਆਗੂ ਨੇ, ਇਹਦਾ ਨੁਕਸਾਨ ਹੋਣਾ ਹੈ ਅਕਾਲੀਆਂ ਨੂੰ, ਇਹ ਬਦਲਣਾ ਨਹੀਂ ਸੀ ਚਾਹੀਦਾ। ਜਿਹੜੀ ਇੱਕ ਕਾਂਸਟੀਚੁਐਂਸੀ ਹੁੰਦੀ ਆ ਉਹਦੇ 'ਚ ਹੋਰ ਜੋ ਮਰਜ਼ੀ ਕਿਸੇ ਵੀ ਕਿਸਮ ਦਾ ਕਰ ਲੈਂਦੇ, ਕਿ ਇੰਨੇ ਲੰਮੇ ਚਿਰ 'ਚ ਲੋਕਾਂ ਦੇ ਕੰਟੈਕਟ ਹੁੰਦੇ ਆ, ਇੱਕ ਤਰੀਕਾ ਐਕਸਪੈਕਟੇਸ਼ਨ ਹੁੰਦੀਆਂ, ਪਰਸਨਲ ਰਿਲੇਸ਼ਨ ਹੁੰਦੇ ਆ। ਉੱਥੇ ਲੋਕਲ ਅਪੋਜੀਸ਼ਨ ਵੀ ਸੀਗੀ ਇਹਨਾਂ ਲੀਡਰਸ ਦੀ ਦੋਵਾਂ ਥਾਵਾਂ 'ਤੇ, ਇਸੇ ਕਰਕੇ ਸ਼ਾਇਦ ਸਵੈਪਿੰਗ ਹੋਈ ਆ। ਨਹੀਂ ਤਾਂ ਪਰ ਉਹਦਾ ਕੋਈ ਫਾਇਦਾ ਨਹੀਂ ਹੋਊਗਾ, ਉਹਦਾ ਫਾਇਦਾ ਜਿਹੜਾ ਆ ਮੈਨੂੰ ਲੱਗਦਾ, ਜਿਹੜੀ ਮੇਰੀ ਆਪਣੀ ਅਸੈਸਮੈਂਟ ਹੈ, ਕਿ ਕਾਂਗਰਸ ਨੂੰ ਹੋਊਗਾ। ਤੇ ਇੱਥੇ ਜਿਹੜਾ ਸੀ ਪੀ ਆਈ ਐਮ ਦਾ ਜਿਹੜਾ ਕੈਂਡੀਡੇਟ ਹੈ ਪੁਰਸ਼ੋਤਮ ਸਿੰਘ ਬਿਲਗਾ, ਉਹਦਾ ਤੁਹਾਨੂੰ ਲੱਗਦਾ ਕੋਈ ਇਨਫਲੂਐਂਸ ਹੈ ਵਾ? ਕਿਉਂਕਿ ਇਹ ਪੀ 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 ਨੇ ਸੀ ਪੀ ਐਮ ਨੂੰ ਦਿੱਤੀ ਹੈ ਸੀਟ, ਸੋ ਸ਼ਾਇਦ ਉਹਨਾਂ ਦਾ ਕੋਈ ਪੋਕਿਟ ਲੱਗਦੀ ਹੈ ਉੱਥੇ, ਥੋੜਾ ਬਹੁਤ ਅਸਰ ਹੋਊਗਾ। ਇਹ ਤੇ ਮਤਲਬ ਮੈਨੂੰ ਜ਼ਿਆਦਾ ਲੱਗਦਾ ਕਿ ਬੀ ਐਸ ਪੀ ਵਾਂਗੂ ਹੀ, ਜਿਸ ਤਰ੍ਹਾਂ ਸਾਡੇ ਟ੍ਰੈਡੀਸ਼ਨਲ ਜਿੰਨੇ ਕੁ ਇਨਫਲੂਐਂਸ ਹੈਗੇ ਆ, ਪਰ ਮੇਜਰ ਜਿਹੜੀ ਉਹ ਟੱਕਰ ਆ ਉਹ ਤੇ ਰਹਿਣੀ ਤੇ ਇਹਨਾਂ ਦੋਵਾਂ ਦੇ ਵਿੱਚ ਹੀ ਹੈ। ਥੋੜੀਆਂ ਵੋਟਾਂ ਜ਼ਰੂਰ ਲੈ ਜਾਣਗੇ, ਪਰ ਇਹ ਨਹੀਂ ਕਿ ਕੋਈ ਡਿਸਾਈਸਿਵ ਉਹਨਾਂ ਦੀਆਂ, ਉਹਨਾਂ ਨੂੰ ਅਨਸੈਟਲ ਕਰਨ ਲਈ ਡਿਸਾਈਸਿਵ ਵੋਟਾਂ ਲੈ ਜਾਣਗੇ, ਤੇ ਮੈਨੂੰ ਥੋੜਾ ਮੁਸ਼ਕਲ ਲੱਗਦਾ। ਡੀਲਿਮੀਟੇਸ਼ਨ ਦਾ ਇਫੈਕਟ ਵੀ ਸੁਨੀਲ ਸਾਹਿਬ ਬਹੁਤ ਕਾਫੀ ਲੱਗਦਾ, ਕਿਉਂਕਿ ਨੂਰਮਹਿਲ ਦਾ ਏਰੀਆ ਕਾਫੀ ਇਹਦੇ 'ਚ ਨਵਾਂ ਆ ਗਿਆ। ਗੁਰਾਇਆ ਜਿਹੜਾ ਪਹਿਲਾਂ ਉਧਰ ਨਕੋਦਰ ਸੀ ਉਹ ਇੱਧਰ ਪਾਤਾ ਜੀ ਫਲੋਰ, ਔਰ ਇਹਦੇ ਫਲੋਰ ਦੇ ਹਲਕੇ ਕਾਫੀ ਏਰੀਆ ਕਾਫੀ ਨਕੋਦਰ ਵਾਲਾ ਪਾਤਾ, ਕਾਫੀ ਇੰਟਰਚੇਂਜ ਹੋਇਆ ਇੱਥੇ, ਇਹਦਾ ਬੜਾ ਇਫੈਕਟ ਹੋਏਗਾ ਬੜਾ। ਉਹਦੇ ਨਾਲ ਪ੍ਰੀਡੋਮੀਨੈਂਟਲੀ ਤਾਂ ਜਿਹੜੀ ਇਹ ਜਿਹੜੀ ਹਲਕਾ ਇਹ ਇਹਦੇ ਵਿੱਚ ਜਿਹੜੀ ਸ਼ਡਿਊਲ ਕਾਸਟ ਦੀ ਜਿਹੜੀ ਬਸੋਂ ਹੈ ਉਹ ਤਾਂ ਰਹੇਗੀ, ਉਨੀ ਹੀ ਰਹੇਗੀ, ਉਹ ਤਾਂ ਰਹੇਗੀ ਉਹ ਫੈਕਟਰ ਤਾਂ ਪਲੇ ਕਰੇਗਾ ਪਾਰਟ ਆਪਣਾ ਜੀ। ਆਓ ਹੁਣ ਨਜ਼ਰ ਮਾਰਦੇ ਹਾਂ ਹਲਕਾ ਨਕੋਦਰ ਉੱਤੇ। ਲੋਕ ਸਭਾ ਹਲਕਾ ਜਲੰਧਰ ਵਿਚ ਪੈਂਦੇ ਨਕੋਦਰ ਵਿਧਾਨ ਸਭਾ ਹਲਕੇ ਵਿਚ ਵੀ ਚੋਣ ਮੁਕਾਬਲਾ ਦਿਲਚਸਪੀ ਭਰਿਆ ਰਿਹਾ ਸੀ। ਇਸ ਹਲਕੇ ਤੋਂ ਅਕਾਲੀ ਭਾਜਪਾ ਗੱਠਜੋੜ ਨੇ ਲੀਡ ਹਾਸਲ ਕੀਤੀ ਸੀ। ਗੱਠਜੋੜ ਨੂੰ 43.99 ਫੀਸਦੀ ਅਤੇ ਕਾਂਗਰਸ ਨੂੰ 38.63 ਫੀਸਦੀ ਵੋਟਾਂ ਪਈਆਂ ਸਨ। ਹੋਰਾਂ ਸਿਆਸੀ ਪਾਰਟੀਆਂ ਨੂੰ 17 ਫੀਸਦੀ ਵੋਟਾਂ ਮਿਲੀਆਂ ਸਨ। 30 ਜਨਵਰੀ ਨੂੰ ਪੈ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਹਲਕੇ ਦੇ 1,69,865 ਵੋਟਰ ਆਪਣਾ ਨੁਮਾਇੰਦਾ ਚੁਣਨਗੇ, ਜਿਨ੍ਹਾਂ ਵੋਟਰਾਂ ਵਿਚ 87,619 ਮਰਦ ਅਤੇ 82,246 ਔਰਤਾਂ ਸ਼ਾਮਲ ਨੇ। ਇਸ ਸੀਟ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਗੁਰਪ੍ਰੀਤ ਸਿੰਘ ਵਡਾਲਾ ਚੋਣ ਲੜ ਰਹੇ ਨੇ, ਜਦੋਂ ਕਿ ਕਾਂਗਰਸ ਵੱਲੋਂ ਅਮਰਜੀਤ ਸਿੰਘ ਸਮਰਾ ਅਤੇ ਸਾਂਝੇ ਮੋਰਚੇ ਵੱਲੋਂ ਕਮਲਜੀਤ ਸਿੰਘ ਕਾਕੜਾ ਚੋਣ ਮੈਦਾਨ ਵਿਚ ਨੇ। ਬੈਂਸ ਸਾਹਿਬ, ਇਹ ਕਰੀਬ ਕਰੀਬ 2007 ਵਾਲੀ ਟੱਕਰ ਦੁਬਾਰਾ ਹੋਣ ਲੱਗੀ ਹੈ, ਉਧਰੋਂ ਸਮਰਾ ਪਰਿਵਾਰ ਤੇ ਉਧਰੋਂ ਵਡਾਲਾ ਪਰਿਵਾਰ। ਵਡਾਲਾ ਕੁਲਦੀਪ ਸਿੰਘ ਵਡਾਲਾ ਨੇ ਆਪਣਾ ਬੇਟਾ ਖੜਾ ਕੀਤਾ ਤੇ ਸਮਰਾ ਜਿਹੜਾ 4-5 ਵਾਰੀ ਅੱਗੇ ਐਮਐਲਏ ਬਣ ਚੁੱਕੇ ਆ ਉਹ ਦੁਬਾਰਾ ਚੋਣ ਲੜ ਰਹੇ ਆ। ਹਾਂਜੀ, ਇਹ ਮੈਂ ਦੇਖਿਆ ਕੋਈ ਥੋੜਾ ਹੀ ਫਰਕ ਸੀਗਾ, 3,000 ਦਾ ਫਰਕ ਸੀਗਾ ਲਾਸਟ ਇਲੈਕਸ਼ਨ ਚ ਬਟਾਲਾ ਐਂਡ ਸਮਰਾ ਦਾ। ਲੇਕਿਨ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ, ਜਲੰਧਰ ਪਾਰਲੀਮੈਂਟਰੀ ਕੌਂਸਟੀਚੁਐਂਸੀ ਚ ਜਿਹੜਾ ਡੀਲਿਮੀਟੇਸ਼ਨ ਫੈਕਟਰ ਹੈ ਬਹੁਤ ਵੱਡਾ ਪਾਰਟ ਪਲੇ ਕਰੇਗਾ। ਇਹਦੇ ਵਿੱਚ ਨੂਰਮਹਿਲ ਦੇ ਪਿੰਡ ਕਾਫੀ ਆ ਗਏ ਆ, ਔਰ ਉਧਰੋਂ ਸ਼ਾਹਕੋਟ ਦੇ ਪਿੰਡ ਬਹੁਤ ਆ ਗਏ ਆ। ਇਹਦੇ 'ਚ ਏਰੀਆ ਕਾਫੀ ਚੇਂਜ, ਰੱਦੋ ਬਦਲ ਬਹੁਤ ਹੋਈ ਆ। ਵੰਸ ਅਪੋਨ ਏ ਟਾਈਮ ਤਾਂ ਡੀਲਿਮੀਟੇਸ਼ਨ ਕਮਿਸ਼ਨ ਦੀ ਪ੍ਰਪੋਜ਼ਲ, ਇੱਧਰ ਸ਼ੂਲ ਕਾਸਟ ਪਾਪੂਲੇਸ਼ਨ ਵੀ ਬਹੁਤ ਹੈ, ਕਾਫੀ ਹੈ ਇਸ ਏਰੀਏ 'ਚ। ਵੰਸ ਅਪੋਨ ਏ ਟਾਈਮ ਤਾਂ ਡਰਾਫਟ ਜਿਹੜਾ ਇਸ਼ੂ ਕੀਤਾ ਸੀ ਡੀਲਿਮੀਟੇਸ਼ਨ ਕਮਿਸ਼ਨ, ਕੌਂਸਟੀਚੁਐਂਸੀ ਰਿਜ਼ਰਵ ਹੋ ਗਈ ਸੀ ਜੀ। ਫਿਰ ਸਮਰਾ ਰਿਪ੍ਰੈਜੈਂਟਡ ਐਂਡ ਆਲ ਦੈਟ, ਦੈਨ ਦੀ ਕਮਿਸ਼ਨ ਜਦੋਂ ਫਾਈਨਲ ਡਰਾਫਟ ਬਣਿਆ
ਉਹਦੇ ਵਿੱਚ ਜਾ ਕੇ ਫਿਰ ਇਹ ਕਮਿਸ਼ਨ ਨੇ ਡੀ ਰਿਜ਼ਰਵ ਕੀਤੀ ਸੀ। ਸ਼ੂਕਾਸ ਪੋਪੂਲੇਸ਼ਨ ਵੀ ਇੱਥੇ ਬਹੁਤ ਆ, ਉਹ ਵੀ ਬੜਾ ਵੱਡਾ। ਐਨਆਰਆਈ ਕਿੰਨਾ ਵੱਡਾ ਰੋਲ ਪਲੇ ਕਰਨਗੇ? ਐਨਆਰਆਈ ਕਾਫੀ ਨੇ ਇਸ ਏਰੀਏ ਦੇ, ਔਰ ਪਤਾ ਲੱਗਦਾ, ਮੈਂ ਵੀ ਬਾਹਰ ਬਹੁਤ ਜਾਂਦਾ ਰਿਹਾ, ਮੇਰੇ ਰਿਸ਼ਤੇਦਾਰ ਇੰਗਲੈਂਡ ਬੜੇ ਆ, ਉਧਰੋਂ ਕਾਫੀ ਲੋਕੀ ਆਏ ਹੋਏ ਆ ਇਹਨਾਂ ਦੀ ਸਪੋਰਟ ਵਾਸਤੇ, ਤੁਰੇ ਫਿਰਦੇ ਆ ਪਿੰਡਾਂ ਚੋਂ ਵੀ ਨਾਲ ਦਲ ਨਾਲ। ਇਹ ਬੜਾ ਵੱਡਾ ਫੈਕਟਰ ਐਨਆਰਆਈ ਦਾ, ਕਿਹਦੀ ਉਧਰ ਜ਼ਿਆਦਾ ਰੈਪਟ ਹੈ ਐਨਆਰਆਈ ਨਾਲ ਇੰਗਲੈਂਡ, ਅਮੈਰੀਕਾ, ਕੈਨੇਡਾ ਚ। ਰਸਮਨਜੀਤ ਨੂਰਮੈਲ ਦਾ ਜਿਹੜਾ ਡੇਰਾ ਵਾ ਦਿਵੇ ਜੋਤੀ, ਉਹ ਇਸੇ ਹਲਕੇ ਦੇ ਵਿੱਚ ਪੈਂਦਾ ਵਾ, ਸੋ ਉਹ ਕਿੰਨਾ ਕੁ ਇਫੈਕਟ ਪਾਊਗਾ? ਇਹ ਤੇ ਹੁਣ ਉੱਪਰਲੀ ਤੇ ਉਹ ਕਹਿੰਦੇ ਨਹੀਂ ਹੈ ਕਿਸੇ ਨਾਲ, ਤੇ ਇਹ ਤੇ ਜਿਹਨੇ ਜਿਹਨੂੰ ਜਿਸ ਤਰ੍ਹਾਂ ਅਪਰੋਚ ਕਰ ਲਿਆ, ਟ੍ਰੈਡੀਸ਼ਨਲੀ ਤੇ ਵੈਸੇ ਕਾਂਗਰਸ ਵੱਲ ਥੋੜਾ ਚਕਾਅ ਰਹਿੰਦਾ, ਪਰ ਜਿਹੜਾ ਉਹ ਡੇਰਾ ਉਹਦੇ ਵਿੱਚ ਖਾਸਾ ਹਿੰਦੂ ਪੱਖੀ ਡੇਰਾ ਤੇ ਭਾਜਪਾ ਵੱਲ ਵੀ ਉਹਦਾ ਚਕਾਅ ਰਹਿੰਦਾ। ਹਾਂ, ਉਧਰ ਵੀ ਹੈਗਾ, ਇਸ ਕਰਕੇ ਮੈਨੂੰ ਇਹ ਲੱਗਦਾ ਕਿ ਅਜੇ ਅਸੀਂ ਉਸ ਹਲਕੇ ਤੇ ਆਏ ਨਹੀਂ ਹੈ। ਇਹ ਗੱਲ ਤੇ ਵੀ ਮੈਨੂੰ ਹੈ ਕਿ ਇਹਨਾਂ ਡੇਰਿਆਂ ਦੀ ਮਦਦ ਨਾਲ ਤੇ ਥੋੜਾ ਜਿਹਾ ਜਿਹੜਾ ਪਿੱਛੇ ਜੇ ਹੋਮਵਰਕ ਕੀਤਾ ਸਾਰਾ, ਥੋੜਾ ਜਿਹਾ ਤੇ ਫਰਕ ਬੀਜੇਪੀ ਨੂੰ ਵੀ ਉਹਨਾਂ ਨੇ ਇੰਪਰੂਵ ਕੀਤਾ ਹੈ ਆਪਣਾ, ਲੇਕਿਨ ਇਸ ਦੇ ਵਿੱਚ ਮੈਨੂੰ ਅਜੇ ਵੀ ਲੱਗਦਾ ਕਿ ਮੁਕਾਬਲਾ ਕਾਫੀ ਟਫ ਰਹੂਗਾ, ਇੰਨਾ ਈਜ਼ੀ ਸਵੀਪ ਕਿਸੇ ਲਈ ਵੀ ਨਹੀਂ ਹੋਊਗੀ ਜੀ। ਹੁਣ ਅਸੀਂ ਦੇਖਾਂਗੇ ਸਾਡੇ ਸਹਿਯੋਗੀ ਜਸਲੀਨ ਕੌਰ ਵੱਲੋਂ ਇਕੱਠੇ ਕੀਤੇ ਵਿਧਾਨ ਸਭਾ ਹਲਕਾ ਸ਼ਾਹਕੋਟ ਦੇ ਅੰਕੜੇ। ਜੇ ਗੱਲ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਕਰੀਏ ਤਾਂ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਸ ਹਲਕੇ ਤੋਂ ਅਕਾਲੀ ਭਾਜਪਾ ਗੱਠਜੋੜ ਨੇ ਵੱਡੀ ਗਿਣਤੀ ਵੋਟਾਂ ਨਾਲ ਕਾਂਗਰਸ ਨੂੰ ਪਛਾੜਿਆ ਸੀ। ਗੱਠਜੋੜ ਨੂੰ ਇੱਥੋਂ 53.88% ਫੀਸਦੀ ਵੋਟਾਂ ਪਈਆਂ ਸਨ, ਜਦਕਿ ਕਾਂਗਰਸ ਦੇ ਹਿੱਸੇ 38.69% ਫੀਸਦੀ ਵੋਟਾਂ ਆਈਆਂ ਸਨ। ਹੋਰਾਂ ਸਿਆਸੀ ਪਾਰਟੀਆਂ ਨੂੰ 8% ਦੇ ਕਰੀਬ ਵੋਟਾਂ ਹਾਸਲ ਹੋਈਆਂ। ਤਾਜ਼ਾ ਅੰਕੜਿਆਂ ਮੁਤਾਬਕ ਇਸ ਹਲਕੇ ਦੇ ਵੋਟਰਾਂ ਦੀ ਗਿਣਤੀ 1,54,255 ਹੈ, ਜਿਨ੍ਹਾਂ ਵਿਚ 79,242 ਮਰਦ ਅਤੇ 75,013 ਔਰਤ ਵੋਟਰ ਸ਼ਾਮਲ ਨੇ। ਇਸ ਸੀਟ ਤੋਂ ਅਕਾਲੀ ਭਾਜਪਾ ਗੱਠਜੋੜ ਵੱਲੋਂ ਅਜੀਤ ਸਿੰਘ ਕੁਹਾੜ, ਕਾਂਗਰਸ ਵੱਲੋਂ ਸੀ ਡੀ ਕੰਬੋਜ ਅਤੇ ਸਾਂਝੇ ਮੋਰਚੇ ਵੱਲੋਂ ਡਾ ਨਵਜੋਤ ਦਹੀਆ ਚੋਣ ਲੜ ਰਹੇ ਨੇ। ਭੈਣ ਜੀ, ਜਿਹੜਾ ਇਹ ਹਲਕਾ ਹੈ, ਇੱਥੋਂ ਅਜੀਤ ਸਿੰਘ ਕੁਹਾੜ ਜਿਹੜੇ ਇਸ ਵੇਲੇ ਮੰਤਰੀ ਵੀ ਨੇ, ਰੈਵਨਿਊ ਐਂਡ ਰਿਹੈਬਲੀਟੇਸ਼ਨ ਮਿਨਿਸਟਰ ਨੇ, ਉਹ ਚੋਣ ਲੜ ਰਹੇ ਨੇ। ਦੂਜੇ ਪਾਸੇ ਸੀ ਡੀ ਕੰਬੋਜ ਨੇ, ਤੇ ਕਿਸ ਕਿਸਮ ਦਾ ਮੁਕਾਬਲਾ ਰਹੇਗਾ? ਇਹ ਮੁਕਾਬਲਾ ਇੰਨਾ ਟਫ ਨਹੀਂ ਰਿਹਾ ਸੀ 2007 ਚ, 20,000 ਦਾ ਫਰਕ ਸੀਗਾ ਅਜੀਤ ਸਿੰਘ ਕੁਹਾੜ ਨੇ ਜਿੱਤੀ ਸੀ ਸੀਟ ਇਹ। ਹਾਂਜੀ, ਲੇਕਿਨ ਉਹ ਮੈਂ ਜਿਹੜਾ ਡੀਲੀਮੀਟੇਸ਼ਨ ਇਫੈਕਟ ਹੈ ਉਹਦਾ ਮੈਂ ਦੇਖਿਆ ਸਾਰੇ ਪਾਰਲੀਮੈਂਟ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ, ਇਹਦੇ ਚੋਂ ਕਾਫੀ ਪਿੰਡ ਜਿਹੜੇ ਨਕੋਦਰ ਚ ਗਏ ਆ, ਇਹਦਾ ਵੀ ਅਦਲਾ ਬਦਲੀ ਦਾ ਕਾਫੀ ਬਹੁਤ ਲਾਰਜ ਸਕੇਲ ਤੇ ਹੋਈ ਆ, ਔਰ ਨੂਰਮਹਿਲ ਜਿਹੜੀ ਤੋੜੀ ਆ ਉਧਰੋਂ ਮਹਿਤਪੁਰ ਏਰੀਏ ਚੋਂ ਕਾਫੀ ਪਿੰਡ ਜਿਹੜੇ ਸ਼ਾਹਕੋਟ ਚ ਆਏ। ਇੱਕ ਹੋਰ ਜਿਹੜਾ ਇੱਥੇ ਫੈਕਟਰ ਕਾਊਂਟ ਕਰਨਾ ਬਣਦਾ ਉਹ ਇਹ ਹੈਗਾ ਕਿ ਵੀ ਬੇਅੰਤ ਸਿੰਘ ਜਦੋਂ ਸੀਗੇ ਮੁੱਖ ਮੰਤਰੀ, ਉਹਨਾਂ ਦੀ ਸਰਕਾਰ ਦੇ ਵਿੱਚ ਗ੍ਰਹਿ ਮੰਤਰੀ ਰਹੇ ਨੇ ਬ੍ਰਿਜ ਭੁਪਿੰਦਰ ਲਾਲੀ, ਉਹਨਾਂ ਨੂੰ ਲਗਾਤਾਰ 2 ਵਾਰ ਕਾਂਗਰਸ ਨੇ ਇਗਨੋਰ ਕੀਤਾ, ਟਿਕਟ ਨਹੀਂ ਦਿੱਤਾ, ਤੇ ਉਹ ਖਫਾ ਨੇ, ਉਹ ਕਿੱਡਾ ਅਹਿਮ ਫੈਕਟਰ? ਉਹ ਮੈਂ ਦੇਖਿਆ ਉਹਨਾਂ ਦਾ ਕੋਈ ਇੰਨਾ ਇਨਫਲੂਐਂਸ ਨਹੀਂ ਰਿਹਾ ਉਹ ਇਸ ਏਰੀਏ ਚ। ਹੁਣ ਮਾਈ ਬਿਲੋਂਗ ਟੂ ਦੈਟ ਏਰੀਆ, ਸਾਡਾ ਵੀ ਉੱਥੇ ਹੈਗਾ, ਰਿਸ਼ਤੇਦਾਰੀ ਹੈਗੀ ਐਂਡ ਆਲ ਦੈਟ, ਪਤਾ ਲੱਗਦਾ ਰਹਿੰਦਾ। ਉਹ ਇੰਨਾ ਕਾਮਯਾਬ ਬੰਦਾ ਐਜ਼ ਹੋਮ ਮਿਨਿਸਟਰ ਵੀ ਨਹੀਂ ਰਿਹਾ, ਕੰਟਰੋਵਰਸ਼ੀਅਲ ਜਿਹਾ ਰਿਹਾ ਸੀ ਲੋਕਲ ਏਰੀਆ ਚ ਮੈਨੂੰ ਪਤਾ, ਔਰ ਉਹਦਾ ਇਨਫਲੂਐਂਸ ਇੰਨਾ ਹੁਣ ਰਿਹਾ ਨਹੀਂ ਹੈ। ਲੜਾਈ ਜਿਹੜੀ ਆ ਉਹ ਸ਼ਾਹਕੋਟ ਆ ਗਈ, ਸ਼ਾਹਕੋਟ ਆ ਗਈ ਆ, ਸੇਮ ਆ ਗਈ, ਔਰ ਇੰਨੀ ਅਦਲਾ ਬਦਲੀ ਦੇ ਨਾਲ ਹੁਣ ਪਤਾ ਨਹੀਂ ਲੱਗਦਾ ਕੀ ਲੋਕਾਂ ਦਾ, ਜਿਹੜੇ ਬਾਹਰਲੇ ਲੋਕੀ ਆਏ ਆ ਜਾਂ ਅੰਦਰੋਂ ਨਿਕਲ ਗਏ, ਬਾਹਰਲਾ ਜਿਹੜਾ ਏਰੀਆ ਇੰਨਾ ਆਇਆ ਲਾਰਜ ਸਕੇਲ ਤੇ, ਉਹਨਾਂ ਦਾ ਕੀ ਵਿਊ ਆ? ਸ਼ੈਡਿਊਲ ਕਾਸਟ ਤੇ ਬੈਕਵਰਡ ਕਲਾਸ ਪੋਪੂਲੇਸ਼ਨ ਕਿੰਨੀ ਕਿਆ, ਕਿਉਂਕਿ ਜਿਹੜੇ ਕਰਨਲ ਸੀ ਡੀ ਕੰਬੋਜ ਆ ਇਹ ਪਹਿਲਾਂ ਬੀਐਸਪੀ ਦੇ ਪ੍ਰਧਾਨ ਹੁੰਦੇ ਸੀ ਸੂਬੇ ਦੇ, ਸੋ ਉਹ ਵੀ ਫੈਕਟਰ ਪਲੇ ਕਰ ਸਕਦਾ ਰੋਲ? ਨਹੀਂ, ਇੰਨਾ ਨਹੀਂ ਹੋਏਗਾ, ਉਹ ਤਾਂ ਬਹੁਤ ਦੇਰ ਦੀ ਗੱਲ ਹੈ, ਸੀ ਡੀ ਕੰਬੋਜ ਬੜੀ ਪਹਿਲਾਂ ਰਿਹਾ ਉਹ। ਇੱਕ ਹੋਰ ਕਾਂਗਰਸ ਬੜੀ ਦੇਰ ਤੋਂ ਆ ਚੁੱਕਿਆ ਉਹ, ਤੇ ਇਸ ਕਰਕੇ ਉਹ ਲੜ ਵੀ ਚੁੱਕਿਆ ਇਲੈਕਸ਼ਨਾਂ। ਇੱਕ ਹੋਰ ਜਿਹੜਾ ਇੰਪੋਰਟੈਂਟ ਮਸਲਾ ਹੈਗਾ ਇੱਥੇ ਕਿ ਪੀਪੀਪੀ ਦੇ ਕੈਂਡੀਡੇਟ ਨੇ ਨਵਜੋਤ ਦਹੀਆ, ਡਾਕਟਰ ਨਵਜੋਤ ਦਹੀਆ, ਇਹ ਜਲੰਧਰ ਤੋਂ ਆਏ, ਇਹਨਾਂ ਦੇ ਪਿਛਲੇ 1.5 ਸਾਲ ਤੋਂ ਕਾਫੀ ਸਰਗਰਮ ਨੇ ਇਸ ਪੂਰੇ ਹਲਕੇ ਦੇ ਵਿੱਚ, ਇਹਨਾਂ ਨੂੰ ਕਿੰਨੀਆਂ ਵੋਟਾਂ ਪੈ ਸਕਦੀਆਂ, ਕੀ ਅਸਰ ਪਏਗਾ? ਉਹ ਜਿਸ ਤਰ੍ਹਾਂ ਬਾਕੀ ਜਗ੍ਹਾ ਤੇ ਵੋਟਾਂ ਪੈਣਗੀਆਂ ਉਹ ਉਨੀਆਂ ਇੱਥੇ ਪੈ ਜਾਣਗੀਆਂ, ਸਪੋਇਲਰ ਪਾਰਟ ਜਿਹੜਾ ਉਹ ਤਾਂ ਹੋਏਗਾ ਹੀ ਇਹਨਾਂ ਨੇ ਕੇਸ, ਬਟ ਦ ਮੇਨ ਕੰਟੈਸਟ ਇਜ਼ ਬਿਟਵੀਨ ਅਜੀਤ ਕੁਹਾੜ ਐਂਡ ਬੈਲ ਸਾਹਿਬ। ਇੱਥੇ ਸਪੋਇਲਰ ਵੀ ਬੜਾ ਵੱਡਾ ਰੋਲ ਪਲੇ ਕਰ ਦਿੰਦੇ ਨੇ ਕਈ ਵਾਰ, ਵਿਧਾਨ ਸਭਾ ਚੋਣਾਂ ਚ 500, 700, 1,000, 2,000 ਮਾਰਜਨ ਥੋੜਾ ਹੋਵੇ ਬਿਟਵੀਨ ਦ ਲੀਡਿੰਗ ਟੂ ਕੰਟੈਸਟ ਮੇਨ ਕੰਟੈਸਟੈਂਟ, ਦੈਟ ਕੈਨ ਟਰਨ ਦੀ ਐਪਲ ਕਾਰਟ ਯੂ ਨੋ ਅਪਸਾਈਡ ਡਾਊਨ ਜੀ, ਦੈਟ ਕੈਨ ਹੈਪਨ, ਯੈਸ ਦੈਟਸ ਰਾਈਟ। ਇਸ ਕਰਕੇ ਲੈਟ ਸੀ, ਸਾਂਝਾ ਮੋਰਚਾ ਦੀ ਓਵਰਆਲ ਪਰਫਾਰਮੈਂਸ ਜਿਸ ਤਰ੍ਹਾਂ ਹੁਣ ਪ੍ਰੈਸ ਰਿਪੋਰਟਸ ਆ ਰਹੀਆਂ ਕਿ ਜਿੰਨਾ ਪਹਿਲਾਂ ਗਰਮ ਸੀ
सरगर्म सीगा ना सांझा मोर्चा ਉਹ ਤੋਂ ਬਾਅਦ ਕੁਝ ਲੋਕੀ ਜਿਹੜੇ ਲਗਵੀਰ ਬਰਾੜ ਛੱਡ ਗਿਆ ਹੋਰ ਇਹਨਾਂ ਦਾ ਰਿਸ਼ਤੇਦਾਰੀ ਸੀ ਮਨਪ੍ਰੀਤ ਬਾਦਲ ਦਾ ਤੇ ਦੂਸਰਾ ਛੱਡ ਗਿਆ ਸੀ ਉਹ ਜਿਹੜਾ ਇੱਕ ਦੋ ਹੋਰ ਮੇਨ ਜਿਹੜੇ ਛੱਡ ਕੇ ਚਲੇ ਗਏ ਉਹਦੇ ਨਾਲ ਬੜਾ ਸੈਟਬੈਕ ਮਿਲਿਆ ਇਹਨੂੰ ਇਸ ਕਰਕੇ ਹੁਣ ਓਨਾ ਸਰਗਰਮ ਨਹੀਂ ਰਿਹਾ ਤੁਹਾਨੂੰ ਪੁੱਛਣੀ ਚਾਹੁੰਦਾ ਕਿ ਵੀ ਜਿੱਥੇ ਜਿੱਥੇ ਦੇ ਜਿਹੜੇ ਮੌਜੂਦਾ ਮੰਤਰੀ ਨੇ ਉਹ ਜਿੱਥੇ ਜਿੱਥੇ ਖੜੇ ਨੇ ਕਿਉਂਕਿ ਮੰਤਰੀ ਕੋਲ ਖਾਸਾ ਸਾਰਾ ਅਸਰ ਰਸੂਖ ਹੁੰਦਾ ਸਰਕਾਰ ਦੇ ਵਿੱਚ ਉਹ ਆਪਣੀਆਂ ਜਿਹੜੀਆਂ ਕੰਸਟੀਚੁਐਂਸੀਜ਼ ਨੂੰ ਜ਼ਿਆਦਾ ਨਰਸ ਕਰ ਪਾਉਂਦੇ ਨੇ ਤੁਹਾਨੂੰ ਕੀ ਲੱਗਦਾ ਕਿ ਵੀ ਇਹ ਇੰਪੋਰਟੈਂਟ ਫੈਕਟਰ ਰਹੇਗਾ ਨਹੀਂ ਮੈਨੂੰ ਲੱਗਦਾ ਕਿ ਬੇਸਿਕਲੀ ਜਿਹੜੀ ਸਾਰੀ ਪੋਲੀਟਿਕਸ ਆ ਉਹਦੇ 'ਚ ਡੈਮੋਕਰੇਟਿਕ ਸਿਸਟਮ ਤਾਂ ਕੋਈ ਹੈ ਨਹੀਂ ਜਿਹੜਾ ਨਾ ਤਾਂ ਪਾਰਟੀਆਂ ਦੀ ਡੈਮੋਕਰੇਸੀ ਆ ਨਾ ਕੋਈ ਕਾਡਰ ਬੇਸਡ ਆ ਇਹ ਤਾਂ ਥੋੜੀਆਂ ਜਿਹੀਆਂ ਪਰਿਵਾਰਾਂ ਦੀ ਇੱਕ ਕਿਸਮ ਦੀ ਖਿੱਚੋਤਾਣ ਆ ਤੇ ਕੱਲ੍ਹ ਕੋਈ ਬੈਠੇ ਅਸੀਂ ਇਹੋ ਗੱਲ ਕਰ ਰਹੇ ਸੀ ਉਹ ਕਹਿੰਦੇ ਯਾਰ ਐਵੇਂ ਇੱਥੋਂ ਤੱਕ ਵੀ ਲੋਕ ਸੋਚ ਰਹੇ ਆ ਇੱਕ ਵੱਡਾ ਸੈਕਸ਼ਨ ਕਿ ਅਕਾਲੀ ਤੇ ਕਾਂਗਰਸ ਦਾ ਵੀ ਫਰਕ ਉਹ ਕਹਿੰਦੇ ਜੱਟ ਪੋਲੀਟਿਕਸ ਆ ਜੱਟ ਜੱਟਾਂ ਦੇ ਸਾਲੇ ਵਿੱਚ ਘੜਚੇ ਕਾਲੇ ਮਾਲੇ ਮਤਲਬ ਜਿਹੜੀ ਪੰਜਾਬੀ ਸੇਂਗ ਆ ਤੇ ਉਹਦੇ ਮੁਤਾਬਕ ਉਹ ਕਹਿੰਦੇ ਵੀ ਉਹ ਤਾਂ ਆਪਸ ਵਿੱਚ ਵੀ ਟ੍ਰਾਂਸਫਰ ਕਰ ਲੈਂਦੇ ਪਰ ਇਹ ਗੱਲ ਜ਼ਰੂਰ ਹੈ ਕਿ ਪੀਪੀ ਨੂੰ ਚੈਲੇਂਜ ਉਹ ਦੋਵੇਂ ਹੀ ਬਹੁਤ ਬੁਰੇ ਤਰੀਕੇ ਨਾਲ ਦੇ ਰਹੇ ਆ ਸਾਂਝੇ ਮੋਰਚੇ ਨੂੰ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹ ਧਿਰ ਬਣੇ ਨਾ ਦੋਵੇਂ ਪਾਸਿਓਂ ਹੀ ਉੱਥੇ ਵੀ ਉਹ ਆਪਸ ਵਿੱਚ ਕਿਸੇ ਕਿਸਮ ਦਾ ਕਾਂਗਰਸ ਤੇ ਅਕਾਲੀ ਭਾਜਪਾ ਗੱਠਜੋੜ ਦੀ ਜਿਹੜੀ ਆਪਸੀ ਲੜਾਈ ਹੈ ਉਹ ਇੱਕ ਥਾਂ ਰਹੀ ਪਰ ਇਹਨਾਂ ਦੀ ਸਹਿਮਤੀ ਹੈ ਕਿ ਵੀ ਪੀਪੀਪੀ ਜਾਂ ਤੀਜਾ ਇੱਕ ਨਵਾਂ ਨਾਂ ਆ ਜਾਏ ਖਾਸ ਕਰਕੇ ਮਾਲਵੇ ਦੇ ਵਿੱਚ ਮਾਲਵੇ ਦੇ ਵਿੱਚ ਔਰ ਦੂਸਰੀ ਗੱਲ ਹਾਂ ਦੂਸਰੀ ਗੱਲ ਇਹਦੇ 'ਚ ਇਹ ਹੈ ਕਿ ਇਹ ਕਹਿਣਾ ਕਿ ਉਹ ਹੁਣ ਇਹ ਰੈਲੇਵੈਂਟ ਹੋ ਗਏ ਬੰਦੇ ਚਲੇ ਗਏ ਉਹਦਾ ਫਾਇਦਾ ਵੀ ਹੋਇਆ ਉਹਨਾਂ ਨੂੰ ਉਹਦਾ ਨੁਕਸਾਨ ਵੀ ਹੋਇਆ ਦੋਵੇਂ ਗੱਲਾਂ ਹੀ ਆ ਨੁਕਸਾਨ ਤੇ ਕਿਉਂ ਲੱਗਦਾ ਹੁੰਦਾ ਵੇਵ ਦਾ ਹੁੰਦਾ ਪਰ ਫਾਇਦਾ ਵੀ ਉਹਨਾਂ ਨੂੰ ਇਹ ਹੋਇਆ ਕਿ ਉਹਨਾਂ ਨੂੰ ਲੱਗਾ ਵੀ ਯਾਰ ਇਹ ਇੰਨੇ ਕੱਚੇ ਬੰਦੇ ਸੀ ਤੇ ਜਾਣੇ ਚਾਹੀਦੇ ਸੀ ਇੱਕ ਗੱਲ ਆਪਾਂ ਨੂੰ ਨਹੀਂ ਭੁੱਲਣੀ ਚਾਹੀਦੀ ਇਸ ਐਨਾਲਿਸਿਸ ਸਾਰੇ ਵਿੱਚ ਕਿ ਯੂਥ ਜਿਹੜਾ ਖਾਸ ਕਰਕੇ ਆ ਉਹ ਅਜੇ ਵੀ ਬਹੁਤ ਸਵੇਰ ਆ ਉਹ ਬਹੁਤ ਉਹਨਾਂ ਦੇ ਨਾਲ ਰਿਜ਼ਲਟ ਸਨ ਚਲੋ ਆਪਾਂ ਇਹਦੇ ਬਾਰੇ ਹੁਣੇ ਗੱਲ ਕਰਦੇ ਹਾਂ ਜੀ ਇੱਥੇ ਅਸੀਂ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ ਬ੍ਰੇਕ ਤੋਂ ਬਾਅਦ ਅਸੀਂ ਜਲੰਧਰ ਦੇ ਵਿਧਾਨ ਸਭਾ ਹਲਕਿਆਂ ਬਾਰੇ ਗੱਲਬਾਤ ਜਾਰੀ ਰੱਖਾਂਗੇ